ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਔਫਿਸ ਆਫ ਦੀ ਡਿਸਟ੍ਰਿਕਟ ਕੰਸੈਸ਼ਨ 'ਚ ਅੱਜ ਗੁਰਦਾਸਪੁਰ ਦੇ ਅੰਦਰ ਪ੍ਰੋਸੈਸ ਸਰਵਰ ਦੀ ਵੈਕੈਂਸੀ ਆਈ ਸੀ ਜੀ, ਰੈਗੂਲਰ ਭਰਤੀ ਸੀ ਜੀ। ਅਤੇ ਜਿਹਦੇ ਰਿਗਾਰਡਿੰਗ ਮੈਂ ਪਹਿਲਾਂ ਤੁਹਾਨੂੰ ਇਨਫੋਰਮੇਸ਼ਨ ਦੇ ਚੁੱਕਿਆ ਸੀ ਕਿ ਆਹ ਮੇਰੀ ਤਨਖਾਹ ਮਿਲੂਗੀ, ਆਹ ਕੁਆਲੀਫਿਕੇਸ਼ਨ ਆ। ਅਤੇ ਬਹੁਤ ਸਾਰੇ ਕੈਂਡੀਡੇਟ ਨੇ ਅਪਲਾਈ ਵੀ ਕੀਤਾ ਹੋਇਆ ਸੀ, ਅਤੇ ਜਿੰਨਾ ਵੀ ਕੈਂਡੀਡੇਟ ਅਪਲਾਈ ਕੀਤਾ ਸੀ ਜੀ, ਉਹਨਾਂ ਦੀ ਹੁਣ ਇੰਟਰਵਿਊ ਹੈਗੀ ਆ ਜੀ। ਅਤੇ ਇੰਟਰਵਿਊ ਕਦੋਂ ਆ ਉਹਦੇ ਰਿਗਾਰਡਿੰਗ ਆਪਾਂ ਗੱਲ ਕਰਦੇ ਹਾਂ ਜੀ। ਅਤੇ ਇਹ ਇੰਟਰਵਿਊ ਸ਼ਡਿਊਲ ਆ ਜੀ। ਸਭ ਤੋਂ ਵੱਡੀ ਗੱਲ ਹੈਗੀ ਆ ਕਿ ਰਿਪੋਰਟਿੰਗ ਟਾਈਮ ਦੀ, ਕਿ ਤੁਸੀਂ ਉੱਥੇ ਕਿੰਨੇ ਵਜੇ ਪਹੁੰਚਣਾ ਜੀ। ਉੱਥੇ ਤੁਸੀਂ 10 AM 'ਤੇ ਪਹੁੰਚਣਾ, ਮਤਲਬ ਕਿ 10 ਵਜੇ ਪਹੁੰਚ ਜਾਣਾ ਜੀ ਉਸ ਤੋਂ ਪਹਿਲਾਂ। ਅਤੇ ਗੱਲ ਇਹ ਹੈ ਕਿ ਤੁਸੀਂ ਕਿੱਥੇ ਜਾਣਾ ਜੀ, ਜਿਹੜਾ ਹੈਗਾ ਜੀ ਕੋਰਟ ਕੰਪਲੈਕਸ ਹੈਗਾ ਗੁਰਦਾਸਪੁਰ ਦਾ, ਜੁਡੀਸ਼ੀਅਲ ਕੋਰਟ ਕੰਪਲੈਕਸ ਡਿਸਟ੍ਰਿਕਟ ਲੈਵਲ, ਉੱਥੇ ਤੁਸੀਂ ਜਾਣਾ ਵਾ, ਠੀਕ ਹੈ, ਕਿਉਂਕਿ ਜਿੱਥੇ ਤੁਸੀਂ ਫਾਰਮ ਭੇਜੇ ਆਪਣੇ। ਅਤੇ ਆਪਾਂ ਜੇ ਗੱਲ ਕਰਦੇ ਹਾਂ ਜੀ ਇੰਟਰਵਿਊ ਦੇ ਰਿਗਾਰਡਿੰਗ, ਇਹ ਜਿਹੜੇ ਪ੍ਰੋਸੈਸਰ ਜਿਹਨਾਂ ਨੇ ਅਪਲਾਈ ਕੀਤਾ ਸੀ ਜੀ ਪੋਸਟ ਵਾਸਤੇ, ਜਿਹਨਾਂ ਦਾ ਇਹ ਲੱਗ ਹੈਗਾ ਜੀ ਏ ਤੋਂ ਲੈ ਕੇ ਈ ਦੇ ਵਿੱਚ ਸਟਾਰਟਿੰਗ ਨੇਮ ਸਟਾਰਟ ਹੁੰਦਾ ਜੀ, ਉਹਨਾਂ ਦੀ 12 ਫਰਵਰੀ ਨੂੰ ਇੰਟਰਵਿਊ ਹੈ ਜੀ। ਜਿਹਨਾਂ ਦਾ ਐਫ ਤੋਂ ਲੈ ਕੇ ਜੇ ਦੇ ਵਿੱਚ ਮਤਲਬ ਕਿ ਆਉਂਦਾ ਵਾ, ਜਿੱਦਾਂ FGHIJ, ਉਹਨਾਂ 13 ਫਰਵਰੀ ਨੂੰ ਹੈਗੀ ਹੈ ਜੀ ਇੰਟਰਵਿਊ। ਜਿਹਨਾਂ ਦੇ ਕੇ ਤੋਂ ਲੈ ਕੇ ਓ ਦੇ ਵਿੱਚ ਨੇਮ ਆਉਂਦਾ ਸਟਾਰਟਿੰਗ ਤੋਂ, ਉਹਦਾ ਕੇ 2014 ਫਰਵਰੀ ਨੂੰ ਉਹਨਾਂ ਦੀ ਇੰਟਰਵਿਊ ਹੈਗੀ ਹੈ ਜੀ। ਜਿਹਨਾਂ ਦਾ ਪੀ ਤੋਂ ਲੈ ਕੇ ਟੀ 'ਤੇ ਸਟਾਰਟਿੰਗ ਦੇ ਨੇਮ ਆ ਜੀ, ਉਹਨਾਂ ਦਾ 15 ਫਰਵਰੀ ਨੂੰ। ਯੂ ਤੋਂ ਜੈੱਡ ਵਾਲੇ ਨੇਮ ਵਾਲਿਆਂ ਦਾ ਹੈਗਾ ਜੀ 16 ਫਰਵਰੀ ਨੂੰ ਇੰਟਰਵਿਊ। ਤੁਸੀਂ ਆਪਣੀ ਇੰਟਰਵਿਊ ਡੇਟ ਦੇਖ ਸਕਦੇ ਹੋ ਜੀ। ਬਾਕੀ ਆ ਕਿ ਜਿਹੜੇ ਵੀ ਕੈਂਡੀਡੇਟਸ ਹੈਗੇ ਆ ਜੀ, ਉਹ ਆਪਣੇ ਕੀ ਡਾਕੂਮੈਂਟ ਲੈ ਕੇ ਜਾਣਗੇ, ਜਿੰਨੇ ਵੀ ਤੁਸੀਂ ਡਾਕੂਮੈਂਟ ਅਪਲਾਈ ਕਰਨ ਟਾਈਮ ਲਾਏ ਸੀ ਜੀ, ਓਰੀਜਨਲ ਲੈ ਕੇ ਜਾਣੇ ਉਹ, ਨਾਲ ਉਹਨਾਂ ਦੀ ਇੱਕ ਇੱਕ ਫੋਟੋਕਾਪੀ ਲੈ ਜਾਣੀ, ਨਾਲ 2 ਫੋਟੋਆਂ ਲੈ ਜਿਓ, ਕਿਉਂਕਿ ਕਈ ਵਾਰ ਤੁਹਾਡੇ ਉੱਥੋਂ ਮੰਗ ਲੈਂਦੇ ਆ ਜੀ। ਅਤੇ ਜਿਹੜੇ ਵੀ ਕੈਂਡੀਡੇਟਸ ਨੇ ਅਪਲਾਈ ਕੀਤਾ ਜੀ ਜੀ ਪ੍ਰੋਸੈਸ ਸਰਵਰ ਵਾਸਤੇ ਪੋਸਟ ਵਾਸਤੇ, ਉਹ ਆਪਣੀ ਇੰਟਰਵਿਊ ਜਾ ਸਕਦਾ ਵਾ। ਬਾਕੀ ਜੇ ਮਤਲਬ ਕੋਈ ਕੈਂਡੀਡੇਟ ਦੀ ਰਿਜੈਕਟ ਜਾਂ ਐਲੀਜੀਬਲ ਦੀ ਲਿਸਟ ਕੋਈ ਆਉਂਦੀ ਆ ਜੀ, ਉਹ ਮੈਂ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗਾ। ਪਰ ਇੱਕ ਜਦੋਂ ਅਲਫਾਬੈਟ ਦੇ ਅਕੋਰਡਿੰਗ ਤੁਹਾਡਾ ਨੇਮ ਆ ਜੇ ਜੀ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਸਾਡੇ ਡਾਕੂਮੈਂਟ ਉੱਥੇ ਪਹੁੰਚੇ ਆ, ਅਤੇ ਸਾਰੇ ਡਾਕੂਮੈਂਟ ਸਹੀ ਆ, ਫਿਰ ਉਹਦੇ ਅਕੋਰਡਿੰਗ ਤੁਸੀਂ ਆਪਣੀ ਇੰਟਰਵਿਊ ਦਾ ਹੀ ਧਿਆਨ ਦਿਓ। ਇੰਟਰਵਿਊ ਦੇ ਵਿੱਚ ਤੁਹਾਨੂੰ ਪਤਾ ਹੀ ਆ ਕੀ ਕੀ ਪੁੱਛਿਆ ਜਾਂਦਾ। ਵੈਸੇ ਤਾਂ ਬਹੁਤ ਸਾਰੇ ਕੈਂਡੀਡੇਟਸ ਨੇ ਦਿੱਤੀ ਹੋਊਗੀ ਇੰਟਰਵਿਊ ਵਗੈਰਾ, ਕਿਉਂਕਿ ਤੁਹਾਨੂੰ ਪਤਾ ਬੇਸਿਕ ਇਨਫੋਰਮੇਸ਼ਨ ਤੁਹਾਡੇ ਬਾਰੇ, ਤੁਹਾਡੇ ਜ਼ਿਲ੍ਹੇ ਦੇ ਬਾਰੇ ਪੁੱਛ ਲੈਂਦੇ ਆ, ਠੀਕ ਹੈ, ਤਾਂ ਤੁਹਾਡੇ ਕੋਈ ਜ਼ਿਲ੍ਹੇ ਦਾ ਇਤਿਹਾਸ, ਠੀਕ ਹੈ, ਜਾਂ ਕੋਈ ਪੰਜਾਬ ਦੇ ਰਿਲੇਟਡ ਪੁੱਛ ਲੈਂਦੇ ਆ, ਜਾਂ ਮੰਤਰੀ ਮੰਡਲਾਂ, ਜਾਂ ਪੁਰਾਣਾ ਮੰਤਰੀ ਮੰਡਲ ਦੇ ਵਿੱਚ ਕੌਣ ਸੀ, ਡਿਪਟੀ ਸਪੀਕਰ ਕੌਣ ਸੀ, ਐਜੂਕੇਸ਼ਨ ਮਿਨਿਸਟਰ ਕੌਣ ਸੀ, ਪੰਜਾਬ ਲੈਵਲ 'ਤੇ ਹੋ ਗਿਆ, ਇੰਡੀਆ ਲੈਵਲ 'ਤੇ ਗਵਰਨਰ, ਇਹਨਾਂ ਬਾਰੇ ਪੁੱਛਿਆ ਜਾਂਦਾ ਵਾ, ਜਾਂ ਪੋਲੀਟੀਕਲ ਫੰਡਾਮੈਂਟਲ ਰਾਈਟਸ, ਡਿਊਟੀਜ਼, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਇਹਨਾਂ ਬਾਰੇ ਪੁੱਛਿਆ ਜਾਂਦਾ। ਤਾਂ ਇਹ ਚੀਜ਼ਾਂ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਪਤਾ ਹੋਵੇ ਜੀ। ਅਤੇ ਬਾਕੀ ਹਾਂ, ਕੋਈ ਘਟਨਾ ਚੱਲਦੀ ਹੋਵੇ, ਜਿਹੜੀ ਮੇਨ ਮੁੱਦਾ ਹੋਵੇ, ਉਹ ਵੀ ਜ਼ਰੂਰ ਇੱਕ ਨੋਟ ਰੱਖੋ, ਕੇਅਰ ਪੁੱਛ ਸਕਦੇ ਆ, ਠੀਕ ਆ ਜੀ। ਭਾਵੇਂ ਤੁਹਾਡੀ ਇਹ ਗਰੁੱਪ 10ਵੀਂ BS ਵਾਲੀ ਵੈਕੈਂਸੀ ਆ ਜੀ, ਪਰ ਫਿਰ ਵੀ ਆਪਣੇ ਨੂੰ ਤਿਆਰੀ ਕਰਕੇ ਰੱਖਿਓ, ਕਿਉਂਕਿ ਪੋਸਟ ਵਧੀਆ ਜੀ, ਰੈਗੂਲਰ ਭਰਤੀ ਆ, ਅਤੇ ਆਪਣੀ ਤਿਆਰੀ ਰੱਖੋ ਜੀ। ਆਲ ਦੀ ਬੈਸਟ।